ਮੋਹਾਲੀ ਅਦਾਲਤ ਵਿੱਚ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਮੋਹਾਲੀ ਐਸ ਡੀ ਐਫ ਨੇ ਵੱਡੀ ਕਾਰਵਾਈ ਦੇ ਦੌਰਾਨ ਤਿੰਨ ਦੋਸ਼ੀਆਂ ਨੂੰ 2 ਕਿਲੋ 40 ਗ੍ਰਾਮ ਹੀਰੋਇਨ ਦੇ ਨਾਲ ਅਰੈਸਟ ਕੀਤਾ ਹੈ। ਤਾਂ ਦੱਸਣਾ ਚਾਹੂੰਗਾ ਕਿ ਇਹ ਹੀਰੋਇਨ ਦੀ ਜਿਹੜੀ ਅੰਤਰਰਾਸ਼ਟਰੀ ਕੀਮਤ ਹੈਗੀ ਆ ਬਾਜ਼ਾਰ ਵਿੱਚ ਉਹ 10 ਕਰੋੜ ਤੋਂ ਉੱਪਰ ਹੈ। ਔਰ ਇਹ ਹੀਰੋਇਨ ਜਿਹੜੀ ਆ ਇਹ 3 ਵਿਅਕਤੀਆਂ ਵੱਲੋਂ ਅਲੱਗ ਅਲੱਗ ਥਾਂ 'ਤੇ ਸਪਲਾਈ ਕੀਤੀ ਜਾ ਰਹੀ ਸੀ। ਇਹਨਾਂ ਵਿੱਚੋਂ 2 ਦੋਸ਼ੀ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ, ਜਦਕਿ 1 ਦੋਸ਼ੀ ਲੰਡਰਾ ਚੌਂਕ ਤੋਂ ਗ੍ਰਿਫਤਾਰ ਕੀਤਾ ਹੈ। ਔਰ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਇਹਨਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਔਰ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ 5 ਦਿਨਾਂ ਦੇ ਰਿਮਾਂਡ ਦੇ ਦੌਰਾਨ ਪੁਲਿਸ ਕੀ ਪਤਾ ਲਗਾਉਂਦੀ ਹੈ ਕਿ ਇਹ ਜਿਹੜੇ ਇਹਨਾਂ ਨੇ ਹੀਰੋਇਨ ਸੀਗੇ ਕਿੱਥੋਂ ਲਿਆਂਦੀ ਸੀਗੀ ਔਰ ਕਿੱਥੇ ਕਿੱਥੇ ਸਪਲਾਈ ਕੀਤੀ ਜਾਣੀ ਸੀ। ਮੋਹਾਲੀ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਸਤਿੰਦਰ ਸਤੀ ਦੇ ਨਾਲ ਜਤਿੰਦਰ ਸੱਭਰਵਾਲ, ਮੋਹਾਲੀ।